ਰੋਂਦੀ ਹੋਈ ਮਾਂ ਆਪਣੇ ਪੁੱਤ ਨੂੰ ਆਵਾਜ਼ਾਂ ਮਾਰ ਕੇ ਉਠਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜੋ ਕਿ ਇੱਕ ਸੜਕ ਹਾਦਸੇ ਦੇ ਵਿੱਚ ਜਿਸਦੀ ਜਾਨ ਚਲੀ ਗਈ। ਅੱਖਾਂ ਦੇ ਸਾਹਮਣੇ ਪੁੱਤ ਦੀ ਲਾਸ਼ ਪਈ ਹੈ ਤੇ ਮਾਂ ਤਾਹਾਂ ਮਾਰ ਮਾਰ ਰੋਂਦੀ ਆਪਣੇ ਪੁੱਤ ਨੂੰ ਆਵਾਜ਼ਾਂ ਮਾਰ ਰਹੀ ਹੈ ਕਿ ਸਾਹਿਲ ਉੱਠ, ਦੇਖ ਮੰਮੀ ਆਵਾਜ਼ ਮਾਰ ਰਹੀ ਹੈ। ਦਰਅਸਲ ਇਸ 17 ਸਾਲਾ ਮੁੰਡਾ ਜੋ ਆਪਣੀ ਐਕਟਿਵਾ ਤੇ ਸਵਾਰ ਹੋ ਕੇ ਪਿੰਡ ਵਾਪਸ ਪਰਤ ਰਿਹਾ ਸੀ ਅਤੇ ਪਿੰਡ ਦੇ ਵਿੱਚ ਹਲਕੀ ਬਰਸਾਤ ਵੀ ਹੋ ਰਹੀ ਸੀ, ਜਿਸ ਕਰਕੇ ਇਸ ਮੁੰਡੇ ਦੀ ਸਕੂਟੀ ਸਲਿੱਪ ਹੋ ਗਈ ਅਤੇ ਸਾਹਮਣੇ ਆਉਂਦੀ ਓਵਰ ਸਪੀਡ ਬੱਸ ਦੇ ਹੇਠਾਂ ਜਾ ਵੜੀ, ਜਿੱਥੇ ਥਾਂ ਹੀ ਇਸ ਮੁੰਡੇ ਦੀ ਦਰਦਨਾਕ ਮੌਤ ਹੋ ਗਈ। ਪਿੱਛੋਂ ਆ ਰਹੇ ਇੱਕ ਟੈਕਸੀ ਚਾਲਕ ਦੇ ਵੱਲੋਂ ਇਸ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਬੱਸ ਦੀ ਰਫਤਾਰ ਕਾਫੀ ਤੇਜ਼ ਸੀ ਤੇ ਪਿੰਡ ਦੇ ਵਿੱਚ ਬਰਸਾਤ ਵੀ ਹੋ ਰਹੀ ਸੀ, ਜਿਸ ਕਰਕੇ ਸੜਕਾਂ ਗਿੱਲੀਆਂ ਸਨ। ਇਸ ਵਿਚਾਲੇ ਇਹ ਤਾਂ ਲੋਕ ਪਹਿਲਾਂ ਹੀ ਮੰਨ ਰਹੇ ਸਨ ਕਿ ਇਸ ਬੱਸ ਦੇ ਨਾਲ ਕੋਈ ਵੱਡਾ ਹਾਦਸਾ ਹੋ ਸਕਦਾ ਹੈ, ਕਿਉਂਕਿ ਬੱਸ ਦੀ ਸਪੀਡ ਓਵਰ ਦੱਸੀ ਜਾ ਰਹੀ ਸੀ। ਇਸੇ ਵਿਚਾਲੇ ਹੀ ਇਹ ਮੰਦਭਾਗਾ ਹਾਦਸਾ ਵਾਪਰ ਜਾਂਦਾ ਹੈ, ਜਿੱਥੇ ਨੌਜਵਾਨ ਮੁੰਡਾ ਜੋ ਕਿ ਆਪਣੇ ਸਾਥੀ ਨੂੰ ਕਿਤੇ ਛੱਡ ਕੇ ਵਾਪਸ ਪਿੰਡ ਪਰਤ ਰਿਹਾ ਸੀ, ਤਾਂ ਇਸੇ ਦੌਰਾਨ ਸਾਹਮਣੇ ਆਉਂਦੀ ਤੇਜ਼ ਰਫਤਾਰ ਓਵਰ ਸਪੀਡ ਬੱਸ ਦੇ ਹੇਠਾਂ ਇਸਦੀ ਸਕੂਟੀ ਸਲਿੱਪ ਹੋ ਕੇ ਜਾ ਵੜੀ, ਜਿਸ ਕਰਕੇ ਮੁੰਡੇ ਦੀ ਥਾਂ ਹੀ ਦਰਦਨਾਕ ਮੌਤ ਹੋ ਗਈ। ਮਾਪਿਆਂ ਦਾ ਹਾਲ ਦੇਖ ਨਹੀਂ ਹੁੰਦਾ। ਹਾਦਸਾ ਟੋਹਾਣਾ ਦੇ ਵਿੱਚ ਵਾਪਰਿਆ, ਜਿੱਥੇ ਟੋਹਾਣਾ ਦੇ ਪਿੰਡ ਸ਼ੱਕਰਪੁਰ ਦੇ ਵਿੱਚ ਇਹ ਨੌਜਵਾਨ ਮੁੰਡਾ ਜੋ ਕਿ ਆਪਣੇ ਸਾਥੀ ਨੂੰ ਛੱਡ ਕੇ ਸਕੂਟੀ ਤੇ ਵਾਪਸ ਪਰਤ ਰਿਹਾ ਸੀ, ਤਾਂ ਇਸੇ ਵਿਚਾਲੇ ਜਿੱਥੇ ਪਿੰਡ ਦੇ ਵਿੱਚ ਮੀਂਹ ਪਿਆ ਸੀ, ਸੜਕਾਂ ਗਿੱਲੀਆਂ ਸਨ ਤੇ ਇਸਦੀ ਸਕੂਟੀ ਸਲਿੱਪ ਹੋ ਗਈ, ਜੋ ਸਾਹਮਣੇ ਆਉਂਦੀ ਓਵਰ ਸਪੀਡ ਬੱਸ ਦੇ ਹੇਠਾਂ ਜਾ ਵੜੀ, ਜਿਸ ਕਰਕੇ ਇਸ ਮੁੰਡੇ ਦੀ ਥਾਂ ਹੀ ਜਾਨ ਨਿਕਲ ਗਈ। ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਉਹ ਚਾਹੁੰਦੇ ਨੇ ਕਿ ਬੱਸ ਡਰਾਈਵਰ ਦੇ ਖਿਲਾਫ ਕਾਰਵਾਈ ਹੋਏ, ਜਿਸ ਲਈ ਉਹ ਮੰਗ ਵੀ ਕਰ ਰਹੇ ਨੇ ਕਿ ਉਹਨਾਂ ਦੇ ਪੁੱਤ ਨੂੰ ਇਨਸਾਫ ਮਿਲੇ। ਉਸ ਬੱਸ ਦੇ ਨਾਲ ਹੋਰ ਵੀ ਕਈ ਹਾਦਸੇ ਹੋ ਸਕਦੇ ਸਨ, ਜਿੰਨੀ ਤੇਜ਼ ਰਫਤਾਰ ਦੇ ਵਿੱਚ ਉਹ ਬੱਸ ਡਰਾਈਵਰ ਬੱਸ ਨੂੰ ਚਲਾ ਰਿਹਾ ਸੀ। ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਦੇ ਵੱਲੋਂ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ, ਜਿਸ ਵਿੱਚ ਹਾਦਸੇ ਦੇ ਅਸਲ ਕਾਰਨ ਪਤਾ ਲੱਗਣਗੇ ਅਤੇ ਬੱਸ ਕਿਹੜੀ ਸੀ, ਕਿੱਥੋਂ ਆਈ ਸੀ, ਇਹ ਵੀ ਉਸ ਤੋਂ ਬਾਅਦ ਹੀ ਪਤਾ ਲੱਗੇਗਾ। ਉਧਰ ਪੁਲਿਸ ਦੇ ਵੱਲੋਂ ਵੀ ਲਾਸ਼ ਨੂੰ ਕਬਜ਼ੇ 'ਚ ਲਿਆ ਗਿਆ ਹੈ, ਪੋਸਟਮਾਰਟਮ ਕਰਵਾਉਣ ਤੋਂ ਬਾਅਦ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ ਹੈ। ਮਾਪਿਆਂ ਤੋਂ ਦੁੱਖ ਸਹਾਰ ਨਹੀਂ ਹੋ ਰਿਹਾ ਤੇ ਪੁੱਤ ਨੂੰ ਆਵਾਜ਼ਾਂ ਮਾਰ ਮਾਰ ਕੇ ਉਠਾਉਣ ਦੀ ਕੋਸ਼ਿਸ਼ ਕਰਦੇ ਹੋਏ ਨਜ਼ਰ ਆ ਰਹੇ ਨੇ। ਇਹ ਗਾਮ ਮੇਂ ਬਰਸਾਤ ਪੜ ਰਹੀ ਥੀ ਜੀ, ਤੇ ਇਹ ਲੜਕਾ ਸਵਾਰੀ ਕੋ ਛੋੜ ਕੇ ਆ ਰਿਹਾ ਥਾ ਵਾਪਸ, ਠੀਕ ਹੈ ਜੀ। ਆਗੇ ਸੇ ਬੱਸ ਆ ਰਹੀ ਥੀ ਜਗਦੰਬਾ, ਵੋ ਬਰਸਾਤ ਮੇਂ ਸਕੂਟਰੀ ਖਿਲਕੀ ਔਰ ਬੱਸ ਕੇ ਨੀਚੇ ਇਹ ਲੜਕਾ ਆ ਗਿਆ। ਕਿਤਨੀ ਉਮਰ ਥੀ ਉਸਕੀ? ਇਹ ਲਗਭਗ 16-17 ਸਾਲ। ਆਪਕੋ ਕੈਸੇ ਪਤਾ ਚਲਾ? ਮੇਰੇ ਕੋ ਯੇ ਮੇਰੀ ਗਾੜੀ ਕਿਰਾਏ ਪੇ ਚਲਤੀ ਹੈ ਨਹੀਂ, ਯੇ ਸਵਾਰੀ ਲੈ ਕੇ ਜਾ ਰਹੀ ਥੀ ਵਿਭਾਗ ਸਿੰਘ ਜੀ, ਯੇ ਸਵਾਰੀ ਨੇ ਠਾ ਕੇ ਲਿਆਤਾ ਹੈ ਜੀ। ਸਵਾਰੀ ਨੇ ਮੇਰੇ ਕੋ ਫੋਨ ਕਰਿਆ, ਡਰਾਈਵਰ ਤੋਂ ਨੀਚੇ ਉਤਰ ਗਿਆ ਤਾਂ ਪਹਿਲੇ ਯੇ ਸਵਾਰੀ ਲਿਆਈਏ ਠਾ ਕੇ ਇਸਕੋ, ਹਾਂਜੀ, ਅਤੇ ਉਹ ਅੱਗੇ ਮੈਂ ਲਿਆ ਢੁਆਣੇ ਇਸਕੋ ਸਰਕਾਰੀ ਮੇਰੇ। ਕਿਤਨੀ ਉਮਰ ਥੀ ਇਸਕੀ? 16-17 ਸਾਲ ਦੀ ਹੈ ਜੀ। ਤੋ ਬਸ ਸਪੀਡ ਮੇਂ ਥੀ? ਮੈਂ ਬਸ ਦੇ ਕੋਲ ਨਹੀਂ ਸੀ, ਮੈਂ ਤਾਂ ਬਾਅਦ 'ਚ ਲਿਆ ਜੀ ਇਹਨੂੰ, ਉਹ ਸਵਾਰੀ ਠਾ ਕੇ ਲਿਆਈ ਨਾ, ਜਿਹੜੀ ਸਵਾਰੀ ਸੀਗੀ ਜੀ ਉਹ ਲਿਆਈ ਹੈ ਲੱਦ ਕੇ ਇਹਨੂੰ। ਘਟਨਾ ਜੀ, ਇਹ ਪਿੰਡ 'ਚ ਜਾ ਰਿਹਾ ਸੀਗਾ, ਬੱਸ ਬਾਹਲੀ ਦਵੱਲੀ ਹੋਈ ਸੀ ਜੀ, ਬਸ ਉਹਨੇ ਉਹ ਜਿਹਨੇ ਦੇਖਿਆ ਜੀ ਉਹਨੂੰ ਐਂ ਸੀ ਕੋਈ ਨਾ ਕੋਈ ਕਾਂਡ ਕਰਕੇ ਜਾਊਗਾ, ਬਸ ਜੀ 10 ਮਿੰਟਾਂ ਬਾਅਦ ਪਤਾ ਲੱਗਾ ਕਿ ਮੁੰਡਾ ਮਰ ਗਿਆ ਜੀ।
ਕੌਣ ਸੀ ਮੁੰਡਾ ਜੀ? ਮੁੰਡਾ ਪਿੰਡੋਂ ਸੀਗਾ ਜੀ, ਸਾਹਿਲ ਜੀ। ਕਿੰਨੀ ਉਮਰ ਸੀ ਜੀ? ਉਮਰ ਜੀ 17 ਸਾਲ ਜੀ। ਤੋ ਕਿੰਦੀ ਲਾਪਰਵਾਹੀ ਮੰਨਦੇ? ਡਰਾਈਵਰ ਦੀ ਲਾਪਰਵਾਹੀ ਨਾ ਜੀ। ਕਾਫੀ ਸਪੀਡ ਸੀ ਬੱਸ? ਨਜਾਇਜ਼ ਤੇਜ਼ ਸੀਗੀ ਜੀ। ਕੌਣ ਸੀ ਬੱਸ ਦੀ? ਬੱਸ ਹੁਣ ਪਿੰਡ ਕੈਮਰਿਆਂ 'ਚ ਪਤਾ ਲੱਗੂਗਾ ਜੀ। ਪਿੰਡ ਕੈਮਰੇ ਲੱਗੇ ਹੋਏ ਨੇ? ਹਾਂਜੀ, ਕੈਮਰੇ ਲੱਗੇ ਹੋਏ ਜੀ।